ਲੈ ਬਾਈ ਬਾਈਰਾਂ ਨੇ ਟਰੈਕਟਰ ਦੇਤਾ ਕੱਢ ਕੇ, ਕਹਿੰਦੇ ਓਕੇ ਆ ਜੀ। ਟਰੈਕਟਰ ਸਾਰਾ ਬਾਈ ਹਰੇ ਰੰਗ ਵਾਲੀ ਖੜਾ, ਨੀਲੇ ਰੰਗ ਵਾਲਾ ਟਰੈਕਟਰ ਕਿਤੇ ਤੁਹਾਨੂੰ ਦਿਖਿਆ ਨਹੀਂ ਹੈਗਾ, ਜ਼ਿਆਦਾਤਰ ਸਾਰਾ ਟਰੈਕਟਰ ਹਰੇ ਰੰਗ 'ਚ ਖੜਾ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੋਗ 'ਚ। ਅਤੇ ਬਾਈ ਇੰਡੋ ਫਾਰਮ ਪਲਾਂਟ 'ਚ ਪਹੁੰਚੇ ਹੋਏ ਅੱਜ, ਅਤੇ ਬਾਈਰਾਂ ਨੇ ਟਰੈਕਟਰ ਲੈਣਾ ਜੀ, 20-42 ਦੇਣਾ ਬਾਈਰਾਂ ਨੂੰ ਅੱਜ। ਅਤੇ ਬਾਈਰਾਂ ਨੇ ਸਾਡੇ ਬਿੰਦਰਾ ਖੇਰੀ ਤੋਂ ਆਏ ਹੋਏ ਹਾਂ ਜੀ, ਅਤੇ ਆਹ ਮਿਲੋ ਵੀਰ ਨੂੰ, ਆਹ ਟਰੈਕਟਰ ਸਲੈਕਟ ਕਰਿਆ ਬਾਈ ਨੇ 20-42। ਹੋਰ ਵੀਰੇ ਕਿਆ ਹਾਲ ਹੈ ਜੀ? ਠੀਕ ਹੈ ਵੀਰੇ। ਅਤੇ ਬਾਈ ਨੂੰ ਪਲਾਂਟ 'ਚ ਲਿਆਂਦਾ ਸਿੱਧਾ ਅੱਜ, ਸਲੈਕਟਡ ਪੀਸ ਲਿਆ ਅੱਜ, ਸਲੈਕਟਡ ਪੀਸ ਬਾਈ ਜਿਹੜਾ ਲੈਣਾ ਪਸੰਦੀਦਾ। ਅਤੇ ਬਾਈ ਨੂੰ ਕਹਿ ਦਾ 30-48 ਬਾਈ ਨੇ, ਕਹਿੰਦੇ ਵੀ ਆਹ ਸ਼ੋਅ ਜਿਹਾ ਟਰੈਕਟਰ ਲੈਣਾ ਹੈ ਬਾਈ। ਅੱਛਾ, ਅਤੇ ਟਰੈਕਟਰ ਵੀ ਅਸੀਂ ਵੀ ਬਾਈ ਪਹਿਲੀ ਟਰੈਕਟਰ ਦੇਣਾ, ਸਾਡੇ ਮਨ 'ਚ ਵੀ ਥੋੜ੍ਹਾ ਹੋਦਾ ਵੀ ਬਾਈ ਨੂੰ ਜਾ ਕੇ ਇੱਕ ਵਾਰ ਪਹਿਲਾਂ ਦਿਖਾ ਲਈਏ ਟਰੈਕਟਰ, ਠੀਕ ਨਹੀਂ ਬਾਈ? ਵਧੀਆ ਤਸੱਲੀ ਹੋ ਜਾਂਦੀ ਹੈ। ਹਾਂ, ਉਹੀ ਗੱਲ ਹੈ। ਅਤੇ ਅਸੀਂ ਮੇਰੇ ਸਾਹਮਣੇ ਰੋਪੜ ਦੇ ਬਾਈ 200 ਦੇ ਲਗਭਗ ਟਰੈਕਟਰ ਵੇਚ ਲਿਆ, ਅਤੇ ਆਹ ਟਰੈਕਟਰ ਪਹਿਲਾਂ ਦੇ ਰਹੇ ਹਾਂ, ਅਤੇ ਆਹ 30-48 ਹੋਰ ਬਾਈ ਹੋਰ ਖੜਾ ਹੈ ਬਾਈ। ਇਹ ਤਾਂ ਤੁਹਾਨੂੰ ਦੋ ਹੀ ਕਹਿ ਦਿੱਤਾ, 30-48 ਲੈ ਲਿਆ ਫਿਰ ਬਾਈ ਨੂੰ ਥੋੜ੍ਹਾ ਜਿਹਾ ਸ਼ੋਅ ਕਰਕੇ, ਬਾਈ ਕਹਿੰਦਾ ਉਹ ਸ਼ੋਅ ਜ਼ਿਆਦਾ ਵਧੀਆ ਲੱਗਦੀ ਆ ਹੈ ਵੀਰ। ਉਸ ਵੀਰੇ ਐਂ ਉਹਦੇ 'ਚ ਸਾਰੀਆਂ ਚੀਜ਼ਾਂ, ਮਤਲਬ ਕਿ ਗੇਅਰ ਬਾਕਸ ਉਹਨੂੰ ਦੂਆ ਲਾਇਆ ਵਾ ਸਵਰਾਜ ਵਾਲਾ, ਇੰਜਣ ਉਹਦਾ ਮੈਂ ਮੈਸੀ ਵਾਲਾ ਲਾਇਆ ਵਾ, ਯਾਨੀ ਕਿ ਤੇਲ ਖਰਚੇ ਦਾ ਅੱਧੋ ਅੱਧ ਦਾ ਫਰਕ ਹੋਊਗਾ ਮੇਰੇ ਹਿਸਾਬ ਨਾਲ। ਅਤੇ ਆਹ ਬਾਈ ਦੇਖੋ ਫੋਰ ਵੀਲਰ ਆਪਣੇ ਕੋਲ ਤਾਂ ਪਤਾ ਕੋਈ ਹੈ ਨਹੀਂ ਆ, ਨਾ ਆਪਾਂ ਨੇ ਦਿੱਤਾ ਟਰੈਕਟਰ, ਉਹ ਵੀ ਪਹਿਲੇ ਹੀ ਆ ਵੀਰੇ। 30-48 ਵਿੱਚ ਵੀ ਬਾਈ 4x4 ਵਾਲਾ ਮਾਡਲ ਆਉਂਦਾ, ਦੇਖੋ ਟਰੈਕਟਰ ਖੜਾ ਹੈ। ਅਤੇ ਹਾਂ ਹਾਂਜੀ ਹਾਂ, ਇਹਦੇ ਮਗਲੇ ਟਾਇਰ 14x9x28 ਦੇ ਆ, ਅਤੇ ਮੁਰਲੇ ਟਾਇਰ ਇਹਦੇ ਹੈਗੇ ਆ 8x18 ਦੇ ਬਾਈ, ਠੀਕ ਹੈ ਜੀ। ਲਓ ਜੀ, ਬਾਕੀ ਆਹ ਦੇਖੋ, ਆਹ ਤਾਂ ਬਾਈ ਪਿੱਛੇ ਤੇ ਜਮ੍ਹਾਂ ਹੀ ਉੱਦਾਂ ਹੀ ਉਹੀ ਸਵਰਾਜ ਵਾਲਾ ਹੀ ਆ, ਸਾਰਾ ਹਿਸਾਬ ਦਾ ਬਣਾਇਆ ਵਾ ਇਹਦਾ। ਅਤੇ ਬਾਕੀ ਬਾਈ ਨੇ ਹੁਣ ਆਹੀ ਸਿਲੈਕਟ ਕਰਿਆ, ਬਾਈ ਨੇ ਕਹਿੰਦੇ 20-42 ਲੈਣਾ, ਨੀਲੇ ਰੰਗ ਦੀ ਚੋਇਸ ਸੀ ਬਾਈ, ਨੀਲਾ ਰੰਗ ਮਿਲਿਆ ਨਹੀਂ ਕਿਸੇ ਕਾਰਨ ਕਰਕੇ। ਅਤੇ ਬਾਕੀ ਆ ਦੇਖੋ ਇੱਧਰ ਕਰੇਨਾ ਬਾਈ, ਇਹਨਾਂ ਦੀਆਂ ਬਹੁਤ ਮਸ਼ਹੂਰ ਨੇ, ਬਾਹਰ ਨੂੰ ਵੀ ਬਾਈ ਕਰੇਨਾ ਐਕਸਪੋਰਟ ਹੁੰਦੀ ਨੇ ਇਹਨਾਂ ਦੀਆਂ। ਦੇਖੋ ਕਰੇਨਾ ਐਨ ਇੰਡੋ ਪਾਵਰ ਦੀ ਕਰੇਨ ਆਉਂਦੀ ਹੈ, ਦੂਜੀਆਂ ਵੀ ਜਿਹੜੀਆਂ ਆਉਣੀਆਂ ਆਪਣੀਆਂ ਮੋਬਾਈਲ ਕਰੇਨਾ, ਉਹ ਵੀ ਨੇ ਇਹਨਾਂ ਦੀਆਂ। ਉਹ ਦੇਖੋ ਜੀ, ਇਸ ਵਾਰ ਇਹਨਾਂ ਕੋਲ ਬੜੇ ਟਰੈਕਟਰ ਨਹੀਂ ਖੜੇ ਹੈਗੇ, ਜਿੱਦਾਂ ਬੜੇ ਖੜੇ ਹੁੰਦੇ ਨਾ ਬਾਈ, ਉਹ ਟਰੈਕਟਰ ਨਹੀਂ ਹੈਗੇ ਇਹਨਾਂ ਦੇ, ਨਾ CRDA ਟਰੈਕਟਰ ਹਜੇ ਟੈਸਟਿੰਗ ਹੋ ਰਹੀ ਆ ਬਾਈ, ਹਜੇ ਉੱਦਾਂ ਤਿਆਰ ਨਹੀਂ ਹੋਏ ਹੈਗੇ ਟਰੈਕਟਰ ਬੜੇ, ਜਿੱਦਾਂ 75 ਪਾਵਰ ਵਾਲੇ, 90 ਪਾਵਰ ਵਾਲੇ, ਠੀਕ ਹੈ ਜੀ। ਵੈਸੇ ਮਾਡਲ ਇਹਨਾਂ ਕੋਲ ਸਾਰੇ ਹੀ ਨੇ 30-40-35, ਆਹ ਟਰੈਕਟਰ ਜੇ ਇੱਦਾਂ ਹੀ ਖੜੇ ਨੇ ਬਾਈ ਬਿਨਾਂ ਸਟਿੱਕਰ ਸੁੱਕਰਾਂ 'ਤੇ। ਲਓ ਜੀ, ਆਹ ਇੱਧਰ ਦੇਖੋ ਕਰੇਨਾ, ਇੰਡੋ ਪਾਵਰ ਦੀ ਕਰੇਨ ਬਾਈ, ਕਾਫੀ ਮਸ਼ਹੂਰ ਹੈ ਇੱਧਰ ਆਪਣੇ ਸਾਡੇ ਲੋਕਲ ਏਰੀਏ 'ਚ, ਸਾਰੇ ਜ਼ਿਆਦਾਤਰ ਇਹਨਾਂ ਦੀ ਇੰਡੋ ਪਾਵਰ ਦੀ ਕਰੇਨ ਵੱਧ ਹੈ। ਪਲਾਂਟ ਕਾਫੀ ਬੜਾ ਬਾਈ ਮੇਰੇ ਹਿਸਾਬ ਨਾਲ, 20 ਕਿੱਲਿਆਂ ਵਿੱਚ ਨੂੰ ਪਲਾਂਟ ਹੋਊਗਾ ਇਹਨਾਂ ਦਾ ਜੀ, ਠੀਕ ਹੈ ਜੀ। ਬਾਕੀ ਆਹ ਇੱਧਰ ਸਾਰਾ ਜਗਾੜ, ਉਰੇ ਫਾਈਨਲ ਟੈਸਟਿੰਗ ਹੁੰਦੀ ਟਰੈਕਟਰਾਂ ਦੀ, ਉਹ ਸਾਹਮਣੇ ਪਲਾਂਟ ਹੈ, ਉੱਥੋਂ ਟਰੈਕਟਰ ਬਣ ਕੇ ਨਿਕਲਦਾ ਅੰਦਰੋਂ, ਫਿਰ ਇੱਥੇ ਆ ਕੇ ਟਰੈਕਟਰਾਂ ਦੀ ਸਾਰੀ ਟੈਸਟਿੰਗ ਹੁੰਦੀ ਆ, ਇੱਕ ਵਾਰ ਦੁਬਾਰਾ ਜਰਨਲ ਚੈੱਕਅਪ ਹੁੰਦਾ ਟਰੈਕਟਰਾਂ ਦਾ, ਠੀਕ ਹੈ ਜੀ। ਅਤੇ ਆਹ ਇੱਥੇ 2-3 ਪੋਰਸ਼ਨ ਬਣਾਏ ਹੋਏ ਨੇ ਇਹਨਾਂ ਨੇ, ਠੀਕ ਹੈ ਜੀ। ਲੋ ਬਾਈ, ਆਹ ਟਰੈਕਟਰ ਸਲੈਕਟ ਕਰਿਆ ਬਾਈ ਇਹਨਾਂ ਨੇ, 20-42-45 ਹੋਰਸ ਪਾਵਰ ਦੇ ਵਿੱਚ ਆਉਂਦਾ ਟਰੈਕਟਰ ਜੀ ਇਹ, ਪਹਿਲਾ ਟਰੈਕਟਰ ਦੇਣਾ ਆਪਾਂ ਰੋਪੜ ਡੀਲਰਸ਼ਿਪ ਤੋਂ ਜੀ, ਇਹ 13 ਦੇ ਟਾਇਰ ਨੇ, ਮੈਸੀ ਵਾਲੇ ਇੰਜਣ ਇਹਦੇ ਮੈਂ, ਸੈਮਸੰਗ ਇੰਜਣ ਆਉਂਦਾ ਜੀ 13 ਦੇ ਟਾਇਰ, 45 ਹੋਰਸ ਪਾਵਰ 'ਚ ਕਹਿੰਦੇ ਨੇ ਬਾਈ ਟਰੈਕਟਰ ਜੀ।
ਆ ਦੇਖੋ ਜੀ ਇੱਥੇ ਬਾਈ ਉਰੇ ਲਿਫਟ ਕਪੈਸਿਟੀ ਵਗੈਰਾ ਚੈੱਕ ਕਰਦੇ ਆ ਟਰੈਕਟਰਾਂ ਦੀ। ਲੈ ਬਾਈ ਆ ਖੜਾ ਸਾਰਾ ਸਟੋਕ ਟਰੈਕਟਰਾਂ ਦਾ, ਆਪਣਾ ਟਰੈਕਟਰ ਅੰਦਰ ਭੇਜਿਆ ਬਾਈ ਇਹਨਾਂ ਨੇ, ਦੁਬਾਰਾ ਹੋ ਕੇ ਆਉਣਾ ਅੰਦਰੋਂ ਉਹਦੀ। ਹੁਣ ਬਾਈ ਕਾਫੀ ਦੇਰ ਬਾਅਦ ਗੇੜਾ ਵੱਜਿਆ, ਅੱਗੇ ਤਾਂ ਨਹੀਂ ਮਹੀਨੇ ਡੇਢ ਮਹੀਨੇ ਬਾਅਦ ਹੋਣਾ ਮੇਰੇ ਹਿਸਾਬ ਨਾਲ, 3-4 ਮਹੀਨੇ ਹੋ ਗਏ, 3-4 ਮਹੀਨੇ ਬਾਅਦ ਆਏ ਇੱਧਰ। ਅਤੇ ਉਰੇ ਸਾਰਾ ਇੰਡਸਟਰੀ ਏਰੀਆ ਬਾਈ ਇਹ, ਇੱਧਰ ਨਾਲ ਵੀ ਇੰਡਸਟਰੀ ਆ ਸਾਰੀ, ਆ ਦੇਖੋ ਇੱਧਰ ਸਾਰੀ ਇੰਡਸਟਰੀ ਆ। ਬਾਕੀ ਹੁਣ ਜ਼ਿਆਦਾਤਰ ਟਰੈਕਟਰ ਸਾਰਾ ਬਾਈ ਹਰੇ ਰੰਗ ਵਾਲਾ ਹੀ ਖੜ੍ਹਾ, ਨੀਲੇ ਰੰਗ ਵਾਲਾ ਟਰੈਕਟਰ ਕਿਤੇ ਤੁਹਾਨੂੰ ਦਿਖਿਆ ਨਹੀਂ ਹੈਗਾ, ਜ਼ਿਆਦਾਤਰ ਸਾਰਾ ਟਰੈਕਟਰ ਹਰੇ ਰੰਗ 'ਚ ਖੜ੍ਹਾ। ਆ ਬਾਈ ਛੋਟਾ ਖੜ੍ਹਾ ਇਹਨਾਂ ਦਾ 10-26 ਮਿਸਤੂਬਸ਼ੀ ਦੇ ਇੰਜਣ ਵਿੱਚ ਆਉਂਦਾ ਬਾਈ ਇਹ, ਇਹ ਜਿੰਨੇ ਵੀ ਛੋਟੇ ਟਰੈਕਟਰ ਨੇ ਸਾਰੇ ਮਿਸਤੂਬਸ਼ੀ ਦੇ ਇੰਜਣ 'ਚ ਆਉਂਦੇ ਨੇ ਬਾਈ। ਆ ਦੇਖੋ ਮਗਲੇ ਟਾਇਰ ਟੂਰ ਕਿਵੇਂ ਪਾਏ ਵੇ ਬਾਈ ਇਹਨੂੰ, ਲਓ ਜੀ ਪੂਰੀ ਘੈਂਟ ਚੀਜ਼ ਆ ਸ਼ਾਨਦਾਰ। ਆਹ ਸਿੰਪਲ ਆ ਬਾਈ ਦੂਜੇ ਸਿੰਪਲ ਟਾਇਰਾਂ ਦੇ ਵਿੱਚ ਇਹ ਟਰੈਕਟਰ ਜਿਹੜੇ ਇਹਨਾਂ ਦਾ ਬਾਈ ਇਹ ਜ਼ਿਆਦਾਤਰ ਬਾਹਰ ਨੂੰ ਹੁੰਦਾ ਇੰਪੋਰਟ, ਆਹ ਮਾਡਲ ਆ ਜਿਹੜਾ ਇਹ ਟਰੈਕਟਰ ਬਾਹਰ ਨੂੰ ਵੱਧ ਭੇਜਦੇ ਨੇ ਜੀ ਇਹ 10-26। ਲੈ ਜੀ ਆਹ ਦੂਜਾ ਖੜਾ ਹੈਗੇ, ਦੋਨੋਂ 4x4 ਨੇ ਇਹ, ਬਸ ਇਹਨਾਂ ਦਾ ਇੰਨਾ ਹੀ ਫਰਕ ਆ। ਜਿੱਦਾਂ ਛੋਟੇ ਬਾਈ ਕਿਸੇ ਨੇ ਬਾਗਬਾਨਾਂ ਦੀ ਖੇਤੀ ਵਾਸਤੇ ਲੈਣਾ ਆ, ਸਬਜ਼ੀਆਂ ਦੇ ਲਾਉਣਾ, ਉਹਦੇ ਵਾਸਤੇ ਟਰੈਕਟਰ ਵਧੀਆ ਹੈ। ਛੋਟਾ ਰੋਟਾਵੇਟਰ ਨੂੰ ਗੰਨੇ ਗੁੰਨੇ ਵਾਸਤੇ ਬਹੁਤ ਘੈਂਟ ਟਰੈਕਟਰ ਹੈ। ਲੋ ਬਾਈ ਟਰੈਕਟਰ ਹੋ ਗਿਆ ਆਪਣਾ ਰੇਡੀ ਸਾਰਾ, ਹੈ ਨਾ, ਚੈੱਕ ਕਰ ਲਿਆ ਜਿਹੜੇ 1-2 ਹੈਗੇ ਤੇ ਬਾਈ ਸਾਨੂੰ ਕੋਈ ਦਿਖਿਆ ਗਾ ਬਾਈ ਉਹਨਾਂ ਨੂੰ ਕਮੇ ਪੇਸ਼ੀਆਂ। ਮੈਂ ਕਿਹਾ ਬਾਈ ਉਹਨੂੰ ਕਿਹਾ ਬਾਈ ਹੁਣ ਤੁਸੀਂ ਆਏ ਹੋਏ ਆ, ਜੋ ਕਰਾਉਣਾ ਇੱਥੇ ਕਰਾ ਲਓ ਹੁਣ। ਫਿਰ ਟਾਈਮ ਵੀ ਬਾਈ ਖਾਸਾ ਹੋ ਗਿਆ, 4 ਵੱਜ ਗਏ ਇੱਥੇ ਸਾਨੂੰ ਅੱਜ। ਬਾਕੀ ਬਾਈ ਓਕੇ, ਹੁਣ ਹੋਰ ਤਾਂ ਨਹੀਂ ਕਰਾਉਣਾ ਕੁਛ, ਹੈਂ ਠੀਕ ਆ। ਜਿਹੜਾ ਜਿਹੜਾ ਕੁਝ ਕਿਹਾ ਤਾ ਬਾਈ ਜਿਵੇਂ ਜਿਵੇਂ ਉੱਦਾਂ ਕਰਤਾ ਇਹਨਾਂ ਨੇ। ਇੱਕ ਗੱਲ ਹੈਗੀ ਬਾਈ, ਜਾਣੀ ਕਿ ਕੋਈ ਉਹ ਨਹੀਂ ਕਰਿਆ ਜਿਵੇਂ ਬਾਈ ਇਹਨਾਂ ਨੇ ਕਿਹਾ ਉਵੇਂ ਬਾਈ ਇਹਨਾਂ ਨੇ ਗੱਲ ਵੀ ਮੰਨੀ, ਇਹੋ ਜਿਹੀ ਗੱਲ ਨਹੀਂ ਕਿਸੇ ਤਰ੍ਹਾਂ ਦਾ ਵੀ ਸਾਡੇ ਨਾਲ ਕੋਈ ਉਹ ਨਹੀਂ ਕਰਿਆ ਵੀ ਐਂ ਨਹੀਂ ਕਰਨਾ ਉਹ ਨਹੀਂ ਕਰਨਾ, ਕਹਿੰਦੇ ਬਾਈ ਕੋਈ ਗੱਲ ਨਹੀਂ ਠੀਕ ਆ ਜੀ ਵਧੀਆ ਐਨ ਸਾਨੂੰ। ਉਹਦੇ ਬਾਈ ਇਹਨਾਂ ਨੂੰ ਰੋਟੀ ਪਾਣੀ ਖਿਲਾਇਆ ਉੱਧਰ ਲਿਆ ਕੇ ਵਧੀਆ ਐਨ ਲਾਗੇ ਕਮਰੇ ਦੇ ਵਿੱਚ ਬਿਠਾਲ ਕੇ, ਅਤੇ ਉਹ ਦੇਖੋ ਬਾਈ ਕਰੇਨਾਂ ਵੀ ਹੋ ਗਈਆਂ ਲੋਡ, ਆਹ 2 ਇਹ ਵੀ ਚੱਲੀਆਂ ਅੱਜ। ਅਤੇ ਇਹਨਾਂ ਨੇ ਆਹ 20 ਔਲੀ 'ਤੇ ਕਹਿੰਦੇ ਸਾਨੂੰ ਕਈ ਔਡਰ ਆ ਗਏ, 5-6 ਟਰੈਕਟਰ ਉੱਧਰ ਲਾਈਨ 'ਤੇ ਖੜ੍ਹੇ ਨੇ, ਅਤੇ ਬਾਕੀ 4-5 ਟਰੈਕਟਰ ਆ ਖੜ੍ਹੇ ਨੇ ਤਿਆਰ ਹੋਏ ਵੇ। ਉਹ ਕਹਿੰਦੇ ਵੀ ਇਹ ਜ਼ਿਆਦਾਤਰ ਹੋਰ ਇਹ ਬਾਈ ਨੇ ਦੱਸਿਆ, ਕਹਿੰਦਾ ਜ਼ਿਆਦਾਤਰ ਯੂਪੀ MP ਵਿੱਚ ਆਹ ਟਰੈਕਟਰ ਵੱਧ ਜਾਂਦਾ, ਉਹ ਸਟੇਟ ਵਿੱਚ UP ਇੱਧਰ MP ਹੋ ਗਏ ਆ। ਅੱਜ ਇੱਕ ਬੰਦੇ ਸਾਨੂੰ ਉੱਧਰ ਦੇ ਆਪਣੇ ਰਾਜਸਥਾਨ ਦੇ ਮਿਲੇ ਆ, ਉਹ ਵੀ ਉਰੇ ਆਏ ਵੀ ਸੀ ਪਲਾਂਟ ਵਿੱਚ, ਉਹਨਾਂ ਨੇ ਵੀ ਟਰੈਕਟਰ ਸਿੱਧਾ ਹੀ ਲਿਆ ਜੀ, ਅਤੇ ਉਹ ਵੀ ਸਾਨੂੰ ਆ ਕੇ ਮਿਲੇ। ਉਹ ਕਹਿੰਦੇ ਵੀ ਸਾਡੇ ਏਰੀਆ ਕਹਿੰਦੇ ਟਰੈਕਟਰ ਵੱਧ ਚੱਲਦਾ ਬਾਈ ਛੋਟਾ ਇਹ, ਕਿਉਂਕਿ ਉੱਧਰ ਖੇਤ ਛੋਟੇ ਨੇ। ਠੀਕ ਹੈ ਜੀ, ਬਾਕੀ ਜਿਵੇਂ ਤੁਹਾਨੂੰ ਪਤਾ ਹੀ ਵੀ ਜਿਹੜਾ ਜ਼ਿਆਦਾ ਮਾਰਕੀਟਿੰਗ ਦੇ ਵਿੱਚ ਟਰੈਕਟਰ ਉਹਦਾ ਇਹਨਾਂ ਦਾ ਬੜਾ ਹੀ ਵਿਕਦਾ, 60 ਪਾਵਰ ਵਾਲਾ, 60-30, 60-30, 50-55 DI, 100 ਵਿੱਚ ਤਾਂ 90% ਟਰੈਕਟਰ ਬੜਾ ਹੀ ਖੜ੍ਹਾ ਬਾਈ। ਛੋਟਾ ਟਰੈਕਟਰ ਵੀ ਹੈਗਾ ਪਰ ਜ਼ਿਆਦਾਤਰ ਟਰੈਕਟਰ ਬੜਾ ਹੀ ਖੜ੍ਹਾ ਹੈ, 60 ਪਾਵਰ ਵਾਲਾ, 65 ਵਾਲਾ। ਅਤੇ ਆਹ ਸਾਰਾ ਇੱਥੋਂ ਮਤਲਬ ਕਿ ਫਾਈਨਲ ਟੈਸਟਿੰਗ ਹੁੰਦੀ ਆ, ਸਾਰਾ ਫਾਈਨਲ ਟੈਸਟਿੰਗ ਵਾਲਾ ਇੱਥੇ ਆਪਣੀ ਐਂਡ ਵਾਲੀ ਟੈਸਟਿੰਗ ਹੋ ਕੇ ਟਰੈਕਟਰ ਸਿੱਧਾ ਬਸ ਡਰਾਈਵਰਾਂ ਦੇ ਹੱਥ ਰਾਹੀਂ ਏਜੰਸੀਆਂ ਦੇ ਵਿੱਚ ਟਰੈਕਟਰ ਭੇਜਦੇ ਹਾਂ ਬਾਈ ਉਰੇ ਤੇ। ਬਾਕੀ ਜਿਹੜਾ ਟਰੈਕਟਰ ਭੇਜਣੇ ਦਾ ਕੰਮ ਹੈ ਬਾਈ, ਇਹ ਠੇਕੇਦਾਰੀ ਸਿਸਟਮ ਹੈ, ਡਰਾਈਵਰ ਠੇਕੇ ਦਾ ਠੇਕਾ ਲੈਂਦਾ ਉਹ ਫਿਰ ਟਰੈਕਟਰ ਕਹਾਂ, ਉਹਦੇ ਵਿੱਚ ਕੰਪਨੀ ਦਾ ਕੋਈ ਰੋਲ ਨਹੀਂ ਹੈਗਾ। ਠੀਕ ਹੈ ਜੀ,
ਇਹਨਾਂ ਦਾ ਕੰਪਨੀ ਦਾ ਕੰਮ ਇੱਥੇ ਤੱਕ ਹੁੰਦਾ, ਔਰ ਇਹਦੇ ਬਾਅਦ ਡਰਾਈਵਰ ਹੱਥ ਟਰੈਕਟਰ ਭੇਜ ਦੇਣਾ ਜੋ ਵੀ ਹੈਗਾ। ਇਹ ਲੈ ਬਾਈ, ਬਾਈ ਨੇ ਟਰੈਕਟਰ ਦੇ ਦਿੱਤਾ ਕੱਢ ਕੇ, ਕਹਿੰਦੇ ਓਕੇ ਆ ਜੀ। ਚਲੋ ਜੀ, ਚਲੋ ਬਾਈ। ਲਓ ਬਾਈ, ਨਾਲਾਗੜ੍ਹ ਪਹੁੰਚ ਗਏ ਜੀ। ਨਾਲਾਗੜ੍ਹ ਦੇਖੋ ਬਾਈ, ਪੁਰਾਣਾ ਪੁਲ ਬਣਿਆ ਹੋਇਆ ਇਹ, ਬਹੁਤ ਪੁਰਾਣੇ ਟਾਈਮ ਦਾ। ਬਾਕੀ ਬਾਈ, ਟਰੈਕਟਰ ਚਲਾਉਣ 'ਚ ਬਹੁਤ ਸਵਾਦ ਆਉਂਦਾ, ਤੋਰਾ ਬਥੇਰਾ ਟਰੈਕਟਰ ਦਾ। ਰੋਪੜ ਰਹਿ ਗਿਆ ਉਰੇ ਤੋਂ 15-16 ਕਿਲੋਮੀਟਰ ਹੋਰ, ਅਤੇ ਬਾਕੀ ਏਰੀਆ ਬਹੁਤ ਸੋਹਣਾ ਬਾਈ, ਸਾਰਾ ਪਹਾੜੀ ਏਰੀਆ ਦੇਖੋ ਆ। ਸਭ ਤੋਂ ਬੜੀ ਗੱਲ ਉਹਦੇ ਬਾਈ, ਡੀਜ਼ਲ ਵੀ ਸਸਤਾ ਹਿਮਾਚਲ 'ਚ, 5-6 ਰੁਪਏ ਡੀਜ਼ਲ ਸਸਤਾ ਪਿਆ ਆਪਣਾ, 85 ਰੁਪਏ ਡੀਜ਼ਲ ਹੋਵੇ ਬਾਈ, ਆਪਣੇ 90 ਰੁਪਏ ਮੰਨ ਲਾਤਾ ਜੀ, ਫਰਕ ਕੁਛ ਨਹੀਂ ਹੈਗਾ, 10-12 ਕਿਲੋਮੀਟਰ ਦਾ ਫਰਕ ਹੈ। ਕਿਹਾ ਵੀ ਜ਼ਿਆਦਾ ਡੀਜ਼ਲ ਭਰਾ ਕੇ ਲੈਣਾ, ਇੱਥੇ ਤੋਂ ਭਰਾ ਕੇ ਦੇ ਦੇ ਬਾਈ। ਰੋਪੜ ਪਹੁੰਚ ਗਏ, ਜੋਤ ਬਾਈ ਨੇ ਟਰੈਕਟਰ ਲਾਉਣੇ ਕਰਤੇ ਸ਼ੁਰੂ ਅੰਦਰ, ਅਤੇ ਟਾਈਮ ਕਾਫੀ ਹੋ ਗਿਆ ਬਾਈ। ਅਤੇ ਅੱਜ ਆਪਣੇ ਪੁਰਾਣੇ ਵੀ ਬਾਈ ਦੋ ਟਰੈਕਟਰ ਵਿਕ ਲਏ ਮਹਾਰਾਜ ਦੀ ਕਿਰਪਾ ਨਾਲ, ਇੱਕ ਆਪਣਾ ਜੌਂਡੀਅਰ ਵਿਕ ਗਿਆ ਜੀ, ਆਪਣਾ ਸਟੈਂਡਰਡ ਵਿਕ ਗਿਆ, ਅਤੇ ਇੱਕ ਆਪਣੇ ਕੋਲ ਅਰਜਨ ਆਇਆ ਬਾਈ ਟਰੈਕਟਰ, ਤੁਹਾਨੂੰ ਉਹ ਵੀ ਦਿਖਾ ਦਿੰਦੇ ਆਪਾਂ, 605 DI। ਆਹ ਟਰੈਕਟਰ ਆਈ 2010 ਮਾਡਲ, ਪਾਵਰ ਸਟੇਅਰਿੰਗ, ਪਿਛਲੇ ਟਾਇਰ ਬਾਈ ਟਰੈਕਟਰ ਦੇ ਨਾਲ ਦਾ ਹੀ ਆ ਦੇਖ ਲਓ ਪਿਛਲੇ, ਅਤੇ ਟਰੈਕਟਰ ਬਾਈ ਘੈਂਟ ਆ ਪੂਰਾ। ਕੰਡੀਸ਼ਨ ਬਾਈ ਤੁਸੀਂ ਕਹਿ ਸਕਦੇ ਹੋ ਤੁਹਾਡੇ ਸਾਹਮਣੇ ਆ ਵੀ ਠੀਕ ਹੈ ਕੰਡੀਸ਼ਨ ਦਾ, ਚਲਾਈ ਚਲੂਈ ਤਾਂ ਵਧੀਆ ਬਾਈ ਟਰੈਕਟਰ। ਅਤੇ ਜਿਹੜੀ ਸਭ ਤੋਂ ਬੜੀ ਗੱਲ ਜਿਹੜੀ ਆਪਾਂ ਦੱਸਣੀ ਆ ਬਾਈ, ਇਹਦੀ RC ਨਹੀਂ ਹੈਗੀ, ਇਹਦੀ ਸਿਰਫ ਤੁਹਾਨੂੰ ਟਰੈਕਟਰ ਦੀ ਫੋਟੋ ਕਾਪੀ ਮਿਲੂਗੀ, RC ਦੀ, RC ਦੀ ਗੁੰਮ ਹੋਈ ਵੀ ਆ ਬਾਈ, ਠੀਕ ਹੈ, ਜਾਂ ਜਿਹੜਾ ਮਾਲਕ ਹੈ ਟਰੈਕਟਰ ਦਾ ਉਹ ਤੋਂ ਲਿਖਾ ਕੇ ਰਿਟਰਨ ਦੇ ਵਿੱਚ ਸਾਰਾ ਕੁਛ ਮਿਲ ਜੂਗਾ, ਜੋ ਵੀ ਹੁੰਦਾ ਵੀ ਉਹ ਬੰਦੇ ਨੇ ਤੁਹਾਨੂੰ ਟਰੈਕਟਰ ਵੇਚਿਆ, ਮਾਲਕ ਨੇ, ਠੀਕ ਹੈ ਜੀ। ਬਾਕੀ ਟਰੈਕਟਰ ਆਪਾਂ ਤੁਹਾਨੂੰ ਰੇਟ ਦੇ ਵਿੱਚ ਦੇ ਦਾਂਗੇ, ਜਿਹਨੇ ਲੈਣਾ ਹੋਇਆ ਬਾਈ, ਪਾਵਰ ਸਟੇਅਰਿੰਗ ਟਰੈਕਟਰ, ਪਾਵਰ ਬੜੀ ਆ, ਅਤੇ 2,40,000 ਰੁਪਇਆ ਡਿਮਾਂਡ ਆ ਬਾਈ। ਬਾਕੀ ਇਹਦੇ 'ਚੋਂ ਵੀ ਆਪਾਂ ਮੌਕੇ 'ਤੇ ਬਾਈ ਵੱਧ ਘੱਟ ਕਰ ਦਾਂਗੇ ਰੇਟ, ਠੀਕ ਹੈ ਜੀ, ਅਤੇ 2,40 ਰੇਟ ਆ ਟਰੈਕਟਰ ਦਾ ਜੀ, ਅਤੇ ਨੰਬਰ ਵੀ ਆਪਣਾ ਲੋਕਲ ਆ ਬਾਈ ਟਰੈਕਟਰ ਦਾ, ਜੇ ਕਿਸੇ ਨੇ ਲੈਣਾ ਹੋਇਆ ਬਾਈ, ਕੋਈ ਅਰਜਨ ਲੈਣ ਦਾ ਚਾਹਵਾਨ ਹੋਇਆ ਤਾਂ ਦੇਖ ਲਿਓ, ਅਤੇ ਬਾਕੀ ਟਰੈਕਟਰ ਦੀ ਕੋਈ ਉਹ ਨਹੀਂ ਹੈਗੀ। ਅਤੇ ਬਾਕੀ ਚਲੋ ਠੀਕ ਹੈ ਜੀ ਬਾਈ, ਬਲੌਗ ਵੀ ਕਾਫੀ ਲੰਬਾ ਬਣ ਗਿਆ ਜੀ, ਅਤੇ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਹੋਰ ਕੋਈ ਪੁਰਾਣਾ ਨਵਾਂ ਜਾਂ ਟਰੈਕਟਰ ਕੋਈ ਵੀ ਕੁਛ ਵੀ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਜੀ, ਨੰਬਰ ਸਭ ਨੂੰ ਆਪਣਾ ਪਤਾ ਹੀ ਹੈ ਜੀ, ਬਾਕੀ ਨੰਬਰ ਥੱਲੇ ਮੈਂਸ਼ਨ ਹੁੰਦਾ ਬਾਈ ਸਕਰੀਨ ਦੇ, ਉੱਥੇ ਦੇਖ ਲਿਆ ਕਰੋ, ਕੋਈ ਵੀ ਜੇ ਗੱਲਬਾਤ ਪੁੱਛਣੀ ਹੁੰਦੀ ਹੈ ਕੋਈ ਜਾਂ ਕੁਛ ਫੋਟੋ ਵਗੈਰਾ ਪਾਉਣੀ ਹੁੰਦੀ ਥੱਲੇ ਦਿੱਤੇ ਨੰਬਰ 'ਤੇ ਤੁਸੀਂ ਪਾ ਸਕਦੇ ਹੋ ਜੀ। ਅਤੇ ਬਾਕੀ ਅੱਜ ਦੇ ਬਲੌਗ 'ਚ ਇੰਨਾ ਹੀ, ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਅਤੇ ਆਪਣੇ ਯੂਟਿਊਬ ਚੈਨਲ ਜੱਗੂ ਮਾਹਲ ਨੂੰ ਕਰਿਓ ਸਬਸਕ੍ਰਾਈਬ, ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ, ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ।